ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ 29 ਮਈ 2022 ਨੂੰ ਕਤਲ ਕਰ ਦਿੱਤਾ ਗਿਆ ਸੀ ਮਾਨਸਾ ਦੇ ਪਿੰਡ ਜਵਾਹਰ ਕੇ, ਅੱਜ ਉਹਨਾਂ ਦੀ ਪਹਿਲੀ ਡੈਥ ਐਨਵਰਸਰੀ ਮਾਨਸਾ ਦੇ ਵਿੱਚ ਮਨਾਈ ਗਈ। ਇਸ ਦੇ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਇੱਕ ਕੈਂਡਲ ਮਾਰਚ ਕੱਢਿਆ ਗਿਆ ਮਾਨਸਾ ਸਿਟੀ ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਦੇ ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਹਿੱਸਾ ਲਿਆ, ਜਦਕਿ ਉਹਨਾਂ ਦੇ ਜੋ ਪਿਤਾ ਹਨ ਬਲਕੌਰ ਸਿੰਘ ਉਹ ਇਸ ਸਮੇਂ ਇੰਗਲੈਂਡ ਹਨ, ਜਿੱਥੇ ਉਹ ਉੱਥੇ ਜੋ ਡੈਥ ਐਨਵਰਸਰੀ ਦੇ ਫੰਕਸ਼ਨਸ ਹੋ ਰਹੇ ਨੇ ਉਹਨਾਂ ਦੇ ਵਿੱਚ ਹਿੱਸਾ ਲੈਣਗੇ। ਇਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਸਿੱਧੂ ਮੂਸੇਵਾਲ ਦੇ ਪ੍ਰਸ਼ੰਸਕਾਂ ਦਾ ਮੂਸੇ ਪਿੰਡ ਵਿਖੇ ਲਗਾਤਾਰ ਆਉਣਾ ਜਾਰੀ ਰਿਹਾ, ਜਿੱਥੇ ਉਹਨਾਂ ਨੇ ਵੱਖ ਵੱਖ ਤਰੀਕੇ ਨਾਲ ਸਿੱਧੂ ਮੂਸੇਵਾਲਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਅੱਜ ਸਵੇਰੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ, ਉਸ ਤੋਂ ਬਾਅਦ ਇੱਕ ਬਲੱਡ ਕੈਂਪ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਲਗਾਇਆ ਗਿਆ, ਅਤੇ ਸਿੱਧੂ ਮੂਸੇਵਾਲਾ ਦਾ ਜੋ ਬੁੱਤ ਲੱਗਿਆ ਉਹਨਾਂ ਦੇ ਘਰ ਦੇ ਨੇੜੇ, ਉੱਥੇ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਪਹੁੰਚੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਨੂੰ ਕੋਈ ਸ਼ੌਂਕ ਨਹੀਂ ਸੜਕਾਂ ਤੇ ਰੋਣ ਦਾ, ਕਹਿ ਦਿੰਦੇ ਨੇ ਜੀ ਅਸੀਂ ਤਾਂ ਇੰਨੇ ਫੜਕੇ ਅੰਦਰ ਕਰਤੇ, ਆਹ ਕਰਤਾ ਵੋ ਕਰਤਾ, ਸਾਡਾ ਕੋਈ ਦਿਮਾਗ ਖਰਾਬ ਤਾਂ ਨਹੀਂ ਹੋਇਆ ਵੀਰੋ ਮੇਰੇ, ਵੀ ਅਸੀਂ ਐਂ ਤੁਰੇ ਫਿਰਾਂਗੇ, ਸਾਡੇ ਚ ਕਰਨ ਦੀ ਹਿੰਮਤ ਛੱਡੀ ਹੈ ਕਿਸੇ ਨੇ? ਅਸੀਂ ਤਾਂ ਰੱਬ ਦੇ ਮਾਰੇ ਹੋਏ ਆ, ਸਾਨੂੰ ਬੰਦੇ ਵੀ ਮਾਰ ਰਹੇ ਨੇ। ਇਹ ਸਰਕਾਰਾਂ ਨੇ ਜਿਹੜੀਆਂ ਇਹ ਆਪਣੇ ਤੇ ਭਾਰੂ ਪੈ ਰਹੀਆਂ ਨੇ, ਕਿਉਂਕਿ ਆਪਾਂ ਹੀ ਇਹਨਾਂ ਨੂੰ ਬਣਾਉਣ ਵਾਲੇ ਹੁੰਦੇ ਆ। ਬਣਨ ਵੇਲੇ ਕੁਛ ਹੋਰ ਹੁੰਦੇ ਨੇ, ਬਣਾਉਣ ਬਣਨ ਤੋਂ ਮਗਰੋਂ ਕੁਛ ਹੋਰ ਹੋ ਜਾਂਦੇ ਨੇ, ਆਪਾਂ ਨੂੰ ਕੋਈ ਨੀ ਪੁੱਛਦਾ। ਮੇਰੀ ਤਾਂ ਤੁਹਾਡੇ ਸਾਰਿਆਂ ਅੱਗੇ ਇਹੀ ਅਪੀਲ ਹੈ, ਤੁਹਾਡੇ ਸਾਥ ਦੀ ਲੋੜ ਹੈ, ਤੁਸੀਂ ਸਾਡੇ ਨਾਲ ਖੜੇ ਹੋ, ਪਰ ਜਿੰਨਾ ਚਿਰ ਸਾਡੇ 'ਚ ਦਮ ਹੈਗਾ ਅਸੀਂ ਲੜਦੇ ਰਵਾਂਗੇ। ਇਹ ਲੜਾਈ ਸਾਡੀ ਇਕੱਲਿਆਂ ਦੀ ਨਹੀਂ ਹੈਗੀ। ਸ਼ੁਭਦੀਪ ਚਲਾ ਗਿਆ, ਉਹਨੇ ਤਾਂ ਮੁੜ ਕੇ ਕਦੇ ਵਾਪਸ ਨਹੀਂ ਆਉਣਾ। ਇਹ ਲੜਾਈ ਆਪਣੇ ਆਪ ਤੁਹਾਡੇ ਬੱਚਿਆਂ ਦੀ ਹੈ। ਇਹੀ ਸ਼ੁਭਦੀਪ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਵੱਧ ਤੋਂ ਵੱਧ ਰੁੱਖ ਲਗਾਓ, ਬੱਚਿਆਂ ਦੇ ਕੇਸ ਰੱਖੋ, ਆ ਜਿਹੜੇ ਮੇਰੇ ਬੱਚੇ ਨੇ ਇਹ ਪੱਗਾਂ ਬੰਨਣੀਆਂ ਸ਼ੁਰੂ ਕਰੋ। ਮੈਨੂੰ ਐਂ ਲੱਗਦਾ ਵੀ ਤੁਸੀਂ ਜੇ ਪਿਆਰ ਕਰਦੇ ਹੋ ਸ਼ੁਭਦੀਪ ਨੂੰ ਤਾਂ ਤੁਸੀਂ ਜ਼ਰੂਰ ਇਹਨਾਂ ਗੱਲਾਂ ਦਾ ਅਸਰ ਕਰੋਗੇ। ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਇਹ ਦਾਅਵਾ ਹੈ ਕਿ ਉਹਨਾਂ ਨੇ 25 ਤੋਂ ਵੱਧ ਮੁਲਜ਼ਮ ਗ੍ਰਿਫਤਾਰ ਕਰ ਚੁੱਕੇ ਹਨ ਅਤੇ 4 ਮੁਲਜ਼ਮ ਜੋ ਉਹਨਾਂ ਦੀ ਮੌਤ ਹੋ ਚੁੱਕੀ ਹੈ, 2 ਨੂੰ ਪੰਜਾਬ ਪੁਲਿਸ ਨੇ ਇਨਕਾਊਂਟਰ ਦੇ ਵਿੱਚ ਮਾਰ ਦਿੱਤਾ ਗਿਆ ਸੀ ਅਤੇ 2 ਦੀ ਗੈਂਗਵਾਰ ਜੇਲ੍ਹ ਦੇ ਵਿੱਚ ਜੋ ਗੈਂਗਵਾਰ ਹੋਈ ਸੀ ਗੋਬਿੰਦਪਾਲ ਸਾਹਿਬ ਉਹਦੇ ਵਿੱਚ ਮੌਤ ਹੋ ਗਈ ਸੀ ਅਤੇ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜੋ ਗੈਂਗਸਟਰ ਗੋਲਡੀ ਬਰਾੜ ਹੈ ਜੋ ਇਸ ਸਮੇਂ ਨੌਰਥ ਅਮਰੀਕਾ 'ਚ ਸਸਪੈਕਟ ਹੈ ਕਿ ਉਹ ਉੱਥੇ ਹਨ, ਉਹਨਾਂ ਨੂੰ ਇੰਡੀਆ ਲੈ ਕੇ ਆਉਣ ਦੀ ਜੋ ਚਾਰਾਜੋਈ ਆ ਉਹ ਕੀਤੀ ਜਾ ਰਹੀ ਹੈ। ਅਤੇ ਇਸ ਕੇਸ ਦੀ ਜੇ ਆਪਾਂ ਗੱਲ ਕਰੀਏ ਜੋ ਅਦਾਲਤ ਪ੍ਰਕਿਰਿਆ ਦੀ, ਇਸ ਕੇਸ ਦੇ ਵਿੱਚ ਪੰਜਾਬ ਪੁਲਿਸ ਵੱਲੋਂ 2-4 ਸ਼ੀਟਾਂ ਫਾਈਲ ਕਰ ਦਿੱਤੀਆਂ ਗਈਆਂ ਸਨ ਅਤੇ ਬਟ ਇਸ ਕੇਸ ਦੇ ਵਿੱਚ ਅਜੇ ਚਾਰਜਸ ਫਰੇਮ ਹੋਣੇ ਬਾਕੀ ਹਨ। ਦੁਬਾਰੇ ਸਾਲ ਹੋ ਗਿਆ, ਤਰੀਕ ਆ ਗਈ, ਜਿਹੜੇ ਜੱਗ ਤੋਂ ਵੱਗ ਗਏ ਉਹਨਾਂ ਨੇ ਨਹੀਂ ਮੁੜ ਕੇ ਆਉਣਾ ਹੈਗਾ। ਜਿੰਨਾ ਮਾਵਾਂ ਦੇ ਪੁੱਤ ਮੁੱਕ ਗਏ, ਨੇਰ ਪੈ ਗਿਆ, ਸਾਲ ਹੋ ਗਿਆ ਵਿਚਾਰੇ ਨੂੰ। ਆਪ ਨੂੰ ਵੀ ਬਹੁਤ ਦੁੱਖ ਹੈ, ਸਾਨੂੰ ਵੀ ਦੁੱਖ ਹੈ, ਉਹਦੇ ਦੁੱਖ ਬਾਰੇ ਅਸੀਂ ਖੜੇ ਹਾਂ ਵੀਰੇ, ਹੈਂ ਉਹਦਾ ਦੁੱਖ ਚੱਲਿਆ ਨਹੀਂ ਜਾਂਦਾ ਹੈਗਾ ਜੀ। 1 ਸਾਲ ਹੋ ਗਿਆ ਪੂਰਾ, ਅੱਜ ਦੇਖੋ ਇਹ ਸਰਕਾਰਾਂ ਦੇ ਹੱਥ 'ਚ ਹੈ। ਸਰਕਾਰਾਂ ਚਾਹੁਣ ਤਾਂ ਇਨਸਾਫ ਜ਼ਰੂਰ ਮਿਲ ਸਕਦਾ ਸੀਗਾ ਪੇਰੈਂਟਸ ਨੂੰ, ਅੱਜ ਉਹ ਸੜਕਾਂ 'ਤੇ ਰੋਲ ਰਹੇ ਨਹੀਂ ਜੀ। ਜਦੋਂ ਐਡੇ ਵੱਡੇ ਸੁਪਰ ਸਟਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਨਾਗਰਿਕ ਆ ਜਿਹੜਾ ਉਹ ਸਰਕਾਰ ਤੋਂ ਕੀ ਉਮੀਦ ਰੱਖ ਸਕਦਾ ਹੈ? ਅਤੇ ਉਮੀਦ ਤਾਂ ਹੈਗੀ ਆ ਹਜੇ ਵੀ ਜੀ, ਵੀ ਇਨਸਾਫ ਜ਼ਰੂਰ ਮਿਲੂਗਾ ਇੱਕ ਦਿਨ। ਬਾਈ ਜੀ ਇਨਸਾਫ ਮਿਲਣਾ ਚਾਹੀਦਾ, ਸਾਲ ਹੋ ਗਿਆ ਜੀ ਮਿਲ ਨਹੀਂ ਰਿਹਾ ਸਾਫ ਇਨਸਾਫ, ਔਰ ਪਰਿਵਾਰ ਸੜਕਾਂ 'ਤੇ ਧੱਕੇ ਖਾ ਰਿਹਾ ਜੀ ਥਾਂ ਥਾਂ ਜੀ, ਅਤੇ ਇਹ ਸਰਕਾਰਾਂ ਸਮਝ ਨਹੀਂ ਰਹੀਆਂ ਵੀ ਇਨਸਾਫ ਦੇਈਏ ਨਾ ਦੇਈਏ ਕਿਵੇਂ ਆ।